ਵੀ ਹੁਣ ਅਸੀਂ ਗਾਉਣ ਵਾਲੇ ਹੋ ਗਏ ਤਾਂ ਕੰਜਰ ਹੋ ਗਏ, ਕੰਜਰਾਂ ਨੂੰ ਸੁਣਦੇ ਕਿਉਂ ਆ ਤੁਸੀਂ? ਅੰਬ ਲੈਣ ਲਈ ਸੁਣਦੇ ਆ ਤੁਸੀਂ? ਉਹਨੇ ਸਾਬਤ ਕਰਤਾ, ਵਿਖਾਤਾ ਲੋਕਾਂ ਨੂੰ ਵੀ ਮੈਂ ਕੰਜਰ ਹੀ ਹਾਂ, ਕੰਜਰ ਨੇ ਕੰਜਰ ਹੀ ਰਹਿਣਾ। ਮੈਂ ਤਾਂ ਸੋਚਦਾ ਬੜੀ ਗੁਰਦਾਸ ਮਾਨ ਨੇ ਸਾਹਿਤਕ ਜੀ ਗਾਲ ਕੱਢੀ ਆ। ਜਿਹੜਾ ਬੰਦਾ ਬੱਤੀ ਬਣਾਉਣ ਨੂੰ ਇੱਕ ਸਾਹਿਤਕ ਗਾਲ ਕਹਿੰਦਾ, ਉਹਨੂੰ ਕਹਾਂਗਾ ਆਪਣੀ ਮਾਂ ਸਾਹਮਣੇ ਕਹਿ ਦੇ ਵੀ ਬੱਤੀ ਬਣਾ ਲਓ, ਜਾਂ ਭੈਣ ਸਾਹਮਣੇ ਕਹਿ ਦੇ ਬੱਤੀ ਬਣਾ ਲਓ, ਮੈਨੂੰ ਸ਼ਰਮ ਆਉਂਦੀ ਇਹ ਗੱਲ ਕਹਿੰਦਿਆਂ ਨੂੰ। ਆਜੇ ਜਿਹੜਾ ਮੈਂ ਆਉਣਾ, ਮਤਲਬ ਮੈਂ ਛਿੱਲੂ ਉਹਨੂੰ ਮੈਂ ਦੱਸੂ, ਕਈ ਮੇਰੇ ਮੋਢੇ 'ਤੇ ਹੈ, ਆਹ 200 ਇੱਟਾਂ ਮੈਂ ਕੋਠੇ 'ਤੇ ਰੱਖੀਆਂ ਹੋਈਆਂ ਨੇ। ਸੋ ਇਹਨੇ ਇਹ ਗੱਲਾਂ ਕੀਤੀਆਂ, 200 ਇੱਟ ਮੈਂ ਰੱਖੀ ਕੋਠੇ, ਦਿਖਾ ਜਿਹੜਾ ਕੋਠਾ ਇਹਨਾਂ ਨੂੰ, ਕੋਈ ਆਊਗਾ ਬਿਨਾਂ ਗੱਲ ਤੋਂ ਸਾਰਾ ਸਿਰ ਪਾੜ ਦਊ ਮੈਂ ਬਿਨਾਂ ਗੱਲ ਤੋਂ। ਤੁਸੀਂ ਕੰਜਰ ਗੱਲੇ ਉੱਦਾਂ ਹੀ ਭੌਂਕੀ ਜਾਂਦੇ ਕੁੱਤਿਆਂ ਵਾਂਗੂ, ਕੋਈ ਸਾਰੀ ਯਾਰ ਕੋਈ ਲਿਮਿਟ ਹੁੰਦੀ ਆ ਨਾ। ਇੰਨੀ ਦਿਨੀ ਸੋਸ਼ਲ ਮੀਡੀਆ 'ਤੇ KS ਮੱਖਣ ਦਾ ਅੰਮ੍ਰਿਤ ਭੰਗ ਕਰਨ ਦਾ ਮੁੱਦਾ ਕਾਫੀ ਭਖਿਆ ਹੋਇਆ ਏ, ਜਿਸ ਤੋਂ ਬਾਅਦ ਇੱਕ ਹੋਰ ਪੰਜਾਬੀ ਸਿੰਗਰ ਵਿਵਾਦਾਂ 'ਚ ਆ ਗਿਆ ਏ। ਸੋਸ਼ਲ ਮੀਡੀਆ 'ਤੇ ਇੱਕ ਸਿੰਘ ਦੀ ਵੀਡੀਓ ਇਸ ਵੇਲੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਸਿੰਘ ਸਿੱਖੀ ਦਾ ਇਤਿਹਾਸ ਲੋਕਾਂ ਨੂੰ ਸਮਝਾ ਕੇ KS ਮੱਖਣ ਦਾ ਵਿਰੋਧ ਕਰ ਰਿਹਾ ਏ। ਸਿੰਘ ਨੇ ਇਲਜ਼ਾਮ ਲਗਾਏ ਨੇ ਕਿ KS ਮੱਖਣ ਨੇ ਫੋਕੀ ਵਾਹਵਾ ਲਈ ਕਕਾਰ ਤਿਆਗੇ ਨੇ। ਇਸ ਤੋਂ ਇਲਾਵਾ ਸਿੰਘ ਨੇ ਲਾਈਵ ਹੋ ਕੇ KS ਮੱਖਣ ਨੂੰ ਖੂਬ ਝਾੜ ਪਾਈਆਂ। ਜਦੋਂ ਉਹਦੇ 'ਤੇ ਇਲਜ਼ਾਮ ਲੱਗੇ ਨਸ਼ਿਆਂ ਦੇ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਜੁੜਿਆ, ਮਹਾਂਪੁਰਖਾਂ ਨਾਲ ਜੁੜਿਆ, ਅਤੇ ਅੰਮ੍ਰਿਤ ਛੱਕ ਕੇ ਇਹਨੇ ਆਪਣੇ ਉਹ ਪਾਪਾਂ ਨੂੰ ਧੋਤਾ ਚਿੱਟੇ ਦੇ ਨੂੰ। ਥੋੜ੍ਹੇ ਦਿਨ ਪਹਿਲਾਂ ਇਹਦੇ ਵੱਲੋਂ ਇੱਕ ਵੀਡੀਓ ਪਾਈ ਗਈ ਵੀ ਅਸੀਂ ਕੰਜਰ ਹਾਂ ਅਤੇ ਕੰਜਰਾਂ ਨੂੰ ਕਾਹਨੂੰ ਸੁਣਦੇ ਹੋ, ਸਾਨੂੰ ਛੱਡ ਦਿਓ ਤੁਸੀਂ ਸੁਣਨਾ, ਅਤੇ ਸਾਨੂੰ ਕੰਜਰ ਕਹਿੰਦੇ ਹੋ ਤੁਸੀਂ। ਅਤੇ ਗੁਰਦਾਸ ਮਾਨ ਦੀ ਇਹਨੇ ਗਾਲ ਨੂੰ ਸਭਿਅਕ ਗਾਲ ਕਿਹਾ, ਸਾਹਿਤਕ ਗਾਲ ਕਿਹਾ, ਸਾਹਿਤਕ ਵੀ ਉਹ ਤਾਂ ਸਾਹਿਤਕ ਗਾਲ ਸੀ। ਫਿਰ ਇਹਨੇ ਨਾਲ ਕਿਹਾ ਵੀ ਆਜੇ ਜਿਹੜਾ ਮੈਂ ਆਉਣਾ, ਮਤਲਬ ਮੈਂ ਛਿੱਲੂ ਉਹਨੂੰ ਮੈਂ ਦੱਸੂ, ਕਈ ਮੇਰੇ ਮੋਢੇ 'ਤੇ ਹੈ, ਆਹ 200 ਇੱਟਾਂ ਮੈਂ ਕੋਠੇ 'ਤੇ ਰੱਖੀਆਂ ਹੋਈਆਂ ਨੇ। ਸੋ ਇਹਨੇ ਇਹ ਗੱਲਾਂ ਕੀਤੀਆਂ। ਅੱਜ ਜਿਹੜੀ ਖਬਰ ਆ ਰਹੀ ਹੈ ਵੀ ਇਹਨੇ ਕਕਾਰ ਲਾ ਤੇ ਮਾਰ ਸਾਹਮਣੇ ਜਾ ਕੇ ਕਕਾਰ ਲਾ ਰਹੇ ਆਪਣੇ ਆਪ ਨੂੰ ਵੀ ਮੈਨੂੰ ਛੇਕ ਦਿਓ ਪੰਚੋ ਜਿਹਨੇ ਛੇਕਣਾ। ਇਹ ਕਕਾਰ ਇਹ ਨਾ ਸੋਚਿਓ ਤੁਸੀਂ ਵੀ ਕੁੱਤੇ ਖਾਣੀ ਹੋ ਰਹੀ ਇਹਦੇ ਨਾਲ ਅਤੇ ਤਾਂ ਲਾ ਰਿਹਾ, ਨਹੀਂ ਨਹੀਂ, ਇਸ ਕਰਕੇ ਕਕਾਰ ਨਹੀਂ ਲਾ ਰਿਹਾ। ਔਰ ਇਹ ਪੰਥਕ ਕਿੱਥੋਂ, ਪੰਥਕ ਜਿਹੜਾ ਪਾ ਕੇ, ਦੇਖੋ ਮੈਂ ਅਸੀਂ ਨਹੀਂ ਕਹਿੰਦੇ ਵੀ ਅਸੀਂ ਕੋਈ ਪੰਥਕ ਆ ਕਿਰਪਾਨਾ ਪਾ ਕੇ ਚੋਲੇ ਪਾ ਕੇ, ਜਿਹੜਾ ਨਹੀਂ ਕਿਰਪਾਨ ਪਾਈ ਹੁੰਦੀ, ਜਿਹਨੇ ਨਹੀਂ ਅੰਮ੍ਰਿਤ ਛਕਿਆ ਹੁੰਦਾ, ਭਾਵੇਂ ਕਲੀਨ ਸ਼ੇਵ ਵੀ ਹੁੰਦਾ, ਉਹਦੀ ਸੋਚ ਵੀ ਪੰਥਕ ਹੋ ਸਕਦੀ ਹੈ। ਇਕੱਲਾ ਦਾੜੀ ਰੱਖ ਕੇ ਅਤੇ ਕਿਰਪਾਨਾ ਪਾ ਕੇ ਪੰਥਕ ਨਹੀਂ ਬਣਿਆ ਜਾਂਦਾ। ਅਤੇ ਦੂਜੀ ਗੱਲ ਇਹਨੇ ਕਹੀ ਬਈ ਅਸੀਂ ਹੁਣ ਤਾਂ ਪਾ ਕਿਰਪਾਨ ਕਹਿੰਦੇ ਲਾ ਰਹੇ ਹਾਂ, ਕਿਰਪਾਨ ਕਿਉਂ ਲਾਈ ਹੈ? ਇਹ ਬਹਾਨਾ ਭਾਲਦਾ ਸੀ, ਕਿਉਂਕਿ ਕੰਜਰ ਹੈ ਨਾ, ਅਤੇ ਕੰਜਰਾਂ ਨੂੰ ਬਹਾਨਾ ਚਾਹੀਦਾ ਹੁੰਦਾ ਹੈ। ਸੋ ਇਹਨੇ ਉਹਦੇ ਉਹ ਬਹਾਨੇ ਦੇ ਵਿੱਚ ਆ ਕੇ ਹੁਣ ਇਹ ਭਾਵੇਂ ਇਹਨੂੰ ਲੱਗੇ ਵੀ ਸ਼ਾਇਦ ਲੋਕ ਮੈਨੂੰ ਸੰਪਤੀ ਦੇਣਗੇ, ਲੋਕਾਂ ਦੀ ਮੈਨੂੰ ਭਾਵਨਾ ਮਿਲੇਗੀ ਵੀ ਮੈਂ ਲੋਕਾਂ ਦੇ ਕੁੱਤੇ ਖੰਡ ਦੁਖੀ ਹੋ ਕੇ ਕਿਰਪਾਨ ਲਾ ਰਿਹਾ। ਖਾਲਸਾ ਜੀ, ਜਿਹਨਾਂ ਦੇ ਗੁਰਮੁਖਾਂ ਪਿਆਰਿਆਂ ਨੇ ਸ਼ਸਤਰ ਪਾਏ ਨੇ ਨਾ, ਉਹ ਤਾਂ ਵੱਡੇ ਵੀ ਗਏ ਸੀ, ਟੁੱਕੇ ਵੀ ਗਏ ਸੀ, ਬੰਦ ਬੰਦ ਕਟਾਇਆ ਗਿਆ ਸੀ, ਉਹਨਾਂ ਨੇ ਫਿਰ ਵੀ ਕਿਰਪਾਨਾਂ ਨਹੀਂ ਲਾਈਆਂ। ਜਿਹਨੇ ਸਾਹਿਤਕ ਗੱਲ ਕਿਹਾ ਇਹ ਜਵਾਬ ਦਿੰਦਾ, ਇਹ ਖਾਲਸੇ ਦੀ ਕਚਹਿਰੀ 'ਚ ਖੜਦਾ। ਦੂਜਾ ਵੀ ਤੇਰੇ ਬਿਨਾਂ ਪੰਥ ਨੂੰ ਘਾਟਾ ਪੈ ਚੱਲਿਆ ਕੋਈ, ਜਾਂ ਕੌਮ ਨੂੰ ਘਾਟਾ ਪੈ ਚੱਲਿਆ? ਦੱਸ ਦੇ ਵੀ ਤੂੰ ਕੀ ਸਵਾਰਿਆ ਕੌਮ ਦਾ, ਭੇਟਾਂ ਗਾਈਆਂ ਨੇ, ਦੱਸ ਦੇ ਤੂੰ ਕੀ ਸਵਾਰਿਆ ਸਟੇਜਾਂ 'ਤੇ ਕਿਰਪਾਨ ਉੱਪਰ ਦੀ ਪਾ ਕੇ। ਤੂੰ ਠੀਕ ਹੈ, ਤੂੰ ਕਹਿੰਦਾ ਵੀ ਮੈਂ ਆਹ ਬੜਾ ਮਤਲਬ ਦੁਖੀ ਹਾਂ, ਮੈਂ ਫਲਾਣਾ ਜੀ ਐਂ ਜੀ, ਤੂੰ ਕਿਰਪਾਨ ਉੱਪਰ ਦੀ ਪਾ ਕੇ ਸਟੇਜ 'ਤੇ ਨਾਲ ਕੰਜਰੀਆਂ ਨਚਾਉਂਦਾ ਫਿਰਦਾ, ਜਦੋਂ ਗਾਣੇ ਗਾਉਂਦਾ
ਕੰਜਰੀਆਂ ਕਿਰਪਾਨ ਤੋਂ ਪਾਈ ਹੁੰਦੀ ਹੈ, ਠੀਕ ਹੈ ਵੀ ਤੂੰ ਅੰਮ੍ਰਿਤਧਾਰੀ ਹੈ, ਤੇਰਾ ਕਿੱਤਾ ਹੈ, ਤੇਰਾ ਪੇਸ਼ਾ ਹੈ, ਪਰ ਇੱਕ ਗੱਲ ਯਾਦ ਰੱਖਿਓ ਵੀ ਜਿਹੜੇ ਗੁਰਮੁਖ ਪਿਆਰੇ ਨੇ ਨਾ, ਜਦੋਂ ਗੁਰਮਤਿ ਨਾਲ ਜੁੜ ਜਾਂਦੇ ਨੇ, ਠੀਕ ਹੈ ਉਹ ਭੁੱਖੇ ਵੀ ਮਰਨਾ ਪਸੰਦ ਕਰ ਲੈਂਦੇ ਨੇ, ਪਰ ਉਹ ਕਿੱਤਾ ਛੱਡ ਦਿੰਦੇ ਆਪਣਾ ਵੀ। ਹਾਂ, ਬੜੇ ਨੌਜਵਾਨ ਨੇ ਜਿਹੜੇ ਬਾਹਰ, ਮੈਂ ਅੱਜ ਵੀ ਉਹਨਾਂ ਨੌਜਵਾਨਾਂ ਗੱਲਾਂ ਕਰਦਾ, ਅੰਮ੍ਰਿਤ ਛਕਿਆ ਮਜਬੂਰੀ 'ਚ ਕੰਮ ਕਰਨਾ ਸੀ, ਛੱਡਿਆ ਉਹਨਾਂ ਨੇ, ਕਹਿੰਦੇ ਭਾਈ ਸਾਹਿਬ ਛੱਡਤਾ, ਅਤੇ ਜਦੋਂ ਛੱਡਿਆ ਤਾਂ ਗੁਰੂ ਨੇ ਅੱਜ ਵੀ ਉਹਨਾਂ ਦੀ ਬਾਂਹ ਫੜੀ ਹੋਈ ਹੈ ਗੁਰੂ ਨੇ। ਸਾਡਾ ਫਿਕਰ ਸਾਡੇ ਗੁਰੂ ਨੂੰ ਆ, ਸਾਡਾ ਫਿਕਰ ਸਾਡੇ ਪਿਓ ਨੂੰ ਆ, ਅਤੇ ਜਿਨ੍ਹਾਂ ਨੇ ਆਪਣੇ ਪਿਓ ਨੂੰ ਪਿਓ ਸਮਝਿਆ ਹੀ ਨਹੀਂ, ਇਹਨਾਂ ਨੇ ਆਪਣੇ ਗੁਰੂ ਗੋਬਿੰਦ ਸਿੰਘ ਨੂੰ ਕਿਤੇ ਪਿਓ ਸਮਝਿਆ? ਅਤੇ ਦੂਜੀ ਗੱਲ ਖਾਲਸਾ ਜੀ, ਜਿਹੜਾ ਇਹ ਪੰਥ ਹੈ ਨਾ, ਇਹ ਸੂਰਮਿਆਂ ਦਾ ਹੈ, ਇਹ ਸ਼ੇਰਾਂ ਦਾ ਹੈ। ਵਧੀਆ ਗੱਲ ਮੇਰੇ ਵੀਰ ਨੇ ਇੱਕ ਲਿਖੀ ਆ, ਕਤੀੜ, ਇਹ ਕਤੀੜ ਹੈ। ਸੋ ਕਤੀੜ ਜਿਹੜੇ ਨੇ ਭੇਡਾਂ ਬੱਕਰੀਆਂ ਦਾ ਕਦੇ ਪੰਥ ਨਹੀਂ ਹੋਇਆ ਕਰਦਾ, ਪੰਥ ਸ਼ੇਰਾਂ ਦਾ ਹੋਇਆ ਕਰਦਾ। ਸੋ ਇਸ ਕਰਕੇ ਸਾਨੂੰ ਇਸ ਗੱਲ ਦਾ ਕੋਈ ਫਿਕਰ ਹੀ ਨਹੀਂ ਹੈ, ਨਾ ਫਿਕਰ ਕਰੋ, ਲੱਖ ਲਾਂ ਤਾਂ ਰੱਜ ਰੱਜ ਕੇ ਪਾਓ ਇਹਨੂੰ। ਵੀ ਜਿਹੜਾ ਬੰਦਾ ਬੱਤੀ ਬਣਾਉਣ ਨੂੰ ਇੱਕ ਸੱਚ ਗੱਲ ਕਹਿੰਦਾ, ਉਹਨੂੰ ਮੈਂ ਕਹਾਂਗਾ ਆਪਣੀ ਮਾਂ ਸਾਹਮਣੇ ਕਹਿ ਦੇ ਵੀ ਬੱਤੀ ਬਣਾ ਲਓ, ਜਾਂ ਭੈਣ ਸਾਹਮਣੇ ਕਹਿ ਦੇ ਬੱਤੀ ਬਣਾ ਲਓ, ਮੈਨੂੰ ਸ਼ਰਮ ਆਉਂਦੀ ਇਹ ਗੱਲ ਕਹਿੰਦਿਆਂ ਨੂੰ, ਵੀ ਭੈਣਾਂ ਵੀ ਇਹ ਵੀਡੀਓ ਸੁਣ ਗਈਆਂ, ਮਾਵਾਂ ਵੀ ਕਿਤੇ ਇਹ ਵੀਡੀਓ ਸੁਣ ਗਈਆਂ, ਵੀ ਸਾਹਿਤਕ ਗਾਲ ਹੈ ਕਿਤੇ ਆ। ਜਿਹੜਾ ਬੰਦਾ ਇੱਕ ਗੁਰਮੁਖ ਬੰਦਾ ਪੰਜਾਬੀ ਦੀ ਆਵਾਜ਼ ਚੁੱਕ ਰਿਹਾ, ਪੰਜਾਬੀ ਬੋਲ ਰਿਹਾ, ਦਾੜਾ ਉਹਦੇ ਪ੍ਰਕਾਸ਼ ਕੀਤਾ ਹੋਇਆ, ਅਤੇ ਉਹਨੂੰ ਬਰਦਾਸਮਾਨ ਕਹਿ ਰਿਹਾ, ਉਹਨੂੰ ਤੁਸੀਂ ਸਾਹਿਤਕ ਗਾਲ ਕਹਿੰਦੇ ਹੋ? ਸੋ ਇਸ ਕਰਕੇ ਇਹਨਾਂ ਕੁੱਤਿਆਂ ਦਾ, ਇਹਨਾਂ ਕੰਜਰਾਂ ਦਾ ਕੋਈ ਕੋਈ ਫਰਕ ਨਹੀਂ ਪੈਂਦਾ, ਕੋਈ ਕਿਰਪਾਨ ਲਾਣ ਕਿਰਪਾਨ ਪਾਣ, ਇਹ ਕੰਜਰ ਨੇ, ਕੰਜਰ ਹੀ ਰਹਿਣਗੇ। ਸੋ ਉਹਨੇ ਸਾਬਤ ਕਰਤਾ, ਵਿਖਾਤਾ ਲੋਕਾਂ ਨੂੰ ਵੀ ਮੈਂ ਕੰਜਰ ਹੀ ਹਾਂ। ਸੋ ਇਸ ਕਰਕੇ ਗੁਰਮੁਖੋ, ਪੰਥ ਹੈ ਇਹ ਕਲਗੀਧਰ ਪਾਤਸ਼ਾਹ ਦਾ, ਇਹ ਕਿਸੇ ਲੱਲੀ ਛੱਲੀ ਇੱਕੀ ਦੁੱਕੀ ਦਾ ਨਹੀਂ ਹੈਗਾ। ਸੋ ਗੁਰੂ ਮਹਾਰਾਜ ਨੇ ਬੜੀਆਂ ਕੁਰਬਾਨੀਆਂ ਦੇ ਕੇ ਕਿਰਪਾਨਾਂ ਮਿਲੀਆਂ ਨੇ, ਇਹ ਸਟੇਜਾਂ 'ਤੇ ਗਾਣੇ ਗਾ ਗਾ ਕਿਰਪਾਨਾਂ ਨਹੀਂ ਮਿਲੀਆਂ ਸਾਨੂੰ, ਇਹ ਕੁਰਬਾਨੀਆਂ ਦਿੱਤੀਆਂ ਕਲਗੀਧਰ ਪਾਤਸ਼ਾਹ ਨੇ, ਪੰਥ 'ਚ ਕੁਰਬਾਨੀਆਂ ਹੋਈਆਂ ਨੇ, ਤਾਂ ਜਾ ਕੇ ਦਸਤਾਰਾਂ ਮਿਲੀਆਂ ਨੇ, ਤਾਂ ਜਾ ਕੇ ਸਰੂਪ ਮਿਲਿਆ, ਤਾਂ ਜਾ ਕੇ ਕਿਰਪਾਨ ਮਿਲੀ ਆ। ਇਹ ਕਿਰਪਾਨ ਮੇਰੀ ਨਹੀਂ, ਇਹ ਸਰੂਪ ਮੇਰਾ ਨਹੀਂ, ਇਹ ਦਸਤਾਰ ਮੇਰੀ ਨਹੀਂ, ਇਹ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਆ। ਅਤੇ ਜੇ ਇਹ ਗੁਰੂ ਗੋਬਿੰਦ ਸਿੰਘ ਦੀ ਦਸਤਾਰ ਸਮਝਦਾ, ਜੇ ਗੁਰੂ ਗੋਬਿੰਦ ਸਿੰਘ ਦੀ ਕਿਰਪਾਨ ਸਮਝਦਾ, ਤਾਂ ਇਹ ਨਾ ਲਾਉਂਦਾ। ਅਤੇ ਇਹ ਮੜੀਆਂ 'ਤੇ ਜਾ ਕੇ ਗਾਉਂਦੇ ਨੇ, ਕਬਰਾਂ 'ਤੇ ਜਾ ਕੇ ਗਾਉਂਦੇ ਨੇ, ਚਿਲਮਾ ਪੀਣ ਵਾਲਿਆਂ 'ਚ ਗਾਉਂਦੇ ਨੇ। ਇਹ ਕਾਹਦੇ ਪੰਥਕ ਨੇ ਭਈਏ, ਕਾਹਦੇ ਸਾਹਿਤਕ ਨੇ? ਕੋਲ ਇਹਨਾਂ ਦੇ ਬੈਠ ਕੇ ਸਟੇਜ 'ਤੇ ਬੰਦਾ ਸ਼ਰਾਬਾਂ ਪੀਂਦਾ ਹੁੰਦਾ, ਕਿਰਪਾਨ ਕਾਹਦੀ ਪਾਈ ਹੈ? ਵੀ ਤੇਰੇ ਸਾਹਮਣੇ ਕੁਛ ਚਿਲਮਾ ਪੀ ਰਿਹਾ, ਸਿਗਰਟ ਪੀ ਰਿਹਾ, ਤੂੰ ਕਾਹਦੀ ਕਿਰਪਾਨ ਪੀ, ਤਾਂ ਗਾਟਾ ਲਾ ਸਟੇਜ 'ਤੇ ਬਹਿ ਕੇ ਉਹਦਾ। ਕਾਹਦਾ ਤੂੰ ਪੰਥਕ ਹੈ? ਕਾਹਦਾ ਆਪਣੇ ਆਪ ਨੂੰ ਸਿੱਖ ਕਮਾਉਣਾ ਤੂੰ ਭਾਈ? ਕਿੱਧਰੋਂ ਹੈ? ਸੋ ਜਿਹੜਾ ਸਿੱਖ ਆ, ਠੀਕ ਹੈ ਉਹ ਇੱਜ਼ਤ ਕਰਦਾ ਸਾਰੇ ਧਰਮਾਂ ਦੀ, ਪਰ ਉਹਦੇ ਵਾਸਤੇ ਪੰਥ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਵੱਡਾ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨੇ ਮਤਲਬ ਪੰਥ ਚਲਾਇਆ, ਅਤੇ ਤੁਸੀਂ ਗਾਉਂਦੇ ਹੋ ਭੇਟਾ ਜਾ ਜਾ ਕੇ? ਅਸੀਂ ਭੇਟਾਂ ਨੂੰ ਮਾੜਾ ਨਹੀਂ ਕਹਿੰਦੇ, ਜਿਹੜੇ ਗਾਉਂਦੇ ਨੇ ਗਾਉਂਦੇ ਨੇ, ਜਿਹਨਾਂ ਵੀਰਾਂ ਦਾ ਕੰਮ ਹੈ, ਕਿੱਤਾ ਰੁਜ਼ਗਾਰ ਹੈ, ਕਰਦੇ ਨੇ, ਪਰ ਤੂੰ ਕਾਹਦਾ ਪੰਥਕ ਕਹਿੰਦੇ ਆਪਣੇ ਆਪ ਨੂੰ ਬਈ? ਮਾਸੀ ਕਿਹੜੀ ਆ, ਮਾਸੀ ਕਿਹੜੀ ਆ, ਪਿੱਛੇ ਜੀ ਵੀਡੀਓ ਆਈ, ਤੂੰ ਸਟੇਜਾਂ 'ਤੇ ਲੱਭਦਾ ਫਿਰਦਾ, ਤੂੰ ਕਾਹਦਾ ਪੰਥਕ ਹੈ? ਸੋ ਇਸ ਕਰਕੇ ਮੇਰੇ ਵੀਰੋ, ਤਗੜੇ ਹੋਵੋ, ਮੈਂ ਤਾਂ ਕਹਿੰਦਾ ਜਿੱਥੇ ਮਿਲੇ ਨਾ ਗੁਰਦਾਸ ਮਾਨ ਦੇ, ਅਤੇ ਬਾਅਦ 'ਚ ਛਿੱਤਰ ਫਿਰੋ, ਪਹਿਲਾਂ ਇਹਦੇ ਛਿੱਤਰ ਫਿਰੋ, ਟਕਾ ਕੇ ਇਹਦੇ ਛਿੱਤਰ ਫਿਰੋ, ਤਗੜੇ ਹੋ ਗਏ ਛਿੱਤਰ ਫਿਰੋ ਜਿੱਥੇ ਵੀ ਮਿਲਦਾ। ਅਤੇ ਮੈਂ ਗੁਰਬਾਕੀ ਕਰੀ ਗੁਰਦਾਸ ਮਾਨ ਦੀ ਗੱਲ, ਲੱਖ ਲਾਨ ਤਾਂ ਉਸੇ ਮੈਨੇਜਰ ਨੂੰ, ਲੱਖ ਲਾਨ ਤਾਂ ਐਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿਹੜੇ 15 ਲੱਖ ਦੇ ਵਿੱਚ ਵਿਕ ਗਏ, ਅਤੇ 15 ਲੱਖ ਦਾ ਚੈੱਕ ਲੈ ਕੇ ਉਹ ਭਾਈ ਲਾਲੋ ਦਾ ਇਤਿਹਾਸ ਪੜ੍ਹ ਲਓ, ਗੁਰੂ ਨਾਨਕ ਪਾਤਸ਼ਾਹ ਦੇ ਉੱਤੇ ਸਥਾਨਾਂ 'ਤੇ ਸੇਵਾ ਕਰ ਰਹੇ ਹੋ, 550 ਸਾਲਾਂ ਗੁਰੂ ਨਾਨਕ ਪਾਤਸ਼ਾਹ ਦਾ ਰਿਹਾ, ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਾਲੋ ਦੀ ਕੋਹਦੇ ਦੀ ਰੋਟੀ ਖਾਧੀ ਹੈ, ਸਿੱਖੀ ਤੋਂ ਕਿਰਪਾਨ ਲਾਹਣ ਦਾ ਇਹਨੇ ਸ਼ੱਕ 'ਤੇ ਲਿਆ ਸੀ ਅੰਮ੍ਰਿਤ, ਪਰ ਇਹਦੇ ਕਿੱਤੇ 'ਚ ਫਰਕ ਪੈ ਗਿਆ ਸੀ। ਹੁਣ ਕਿੱਤਾ ਪਿਆਰਾ, ਹੋਰ ਕੰਮ ਕੋਈ ਆਉਂਦਾ ਨਹੀਂ, ਗਾਣਾ ਆਉਂਦਾ, ਕਿੱਤਾ ਇਹੀ ਹੈ, ਕਿੱਤਾ ਪਿਆਰਾ ਸੀ, ਹੋਰ ਕੰਮ ਕੋਈ ਕਰ ਨਹੀਂ ਸਕਦਾ। ਸੋ ਕੇਸ ਤੜਾ ਰੱਖਣ ਕਰਕੇ, ਅੰਮ੍ਰਿਤ ਛਕਣ ਕਰਕੇ, ਅਤੇ ਜੇ ਕੋਈ ਹੋਰ ਬਾਲਕ ਸ਼ਰਾਬਾਂ ਦੇ ਨਸ਼ੇ ਦੇ ਗਾਣੇ ਪ੍ਰਮੋਟ ਕਰਦਾ, ਅਤੇ ਇਹਨੂੰ ਮਾੜਾ ਸੀ, ਇਹਨੂੰ ਲੋਕ ਇਹਨੂੰ ਜੀ ਨਹੀਂ ਸੀ ਦਿੰਦੇ। ਸੋ ਹੁਣ ਇਹਨੂੰ ਬਹਾਨਾ ਮਿਲ ਗਿਆ,
ਦੁਨੀਆਂ ਦੇ ਪੰਥ ਜਿਹੜੇ ਨਾ ਧਰਮ ਉਹ ਲੋਕ ਦੁਨੀਆਂ ਦੇ ਮਰਦੇ ਨੇ ਅਤੇ ਜਿਉਂਦੇ ਨੇ ਫਿਰ ਮਰਦੇ ਨੇ, ਪਰ ਖਾਲਸਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਹਿਲਾਂ ਮਰਿਆ ਇਹ ਫਿਰ ਜਿਉਂਦਾ ਹੋਇਆ, ਨਾ ਇਹ ਮੁੱਕਣਾ ਨਾ ਇਹ ਮੁੱਕ ਸਕਦਾ, ਰਹਿੰਦੀ ਦੁਨੀਆਂ ਤੱਕ ਸਾਡੇ ਭੋਗ ਪੈਣਗੇ, ਸਾਧਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਰਹਿਣਗੀਆਂ, ਲੋਕਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਰਹਿਣਗੀਆਂ, ਪਰ ਰਹਿੰਦੀ ਦੁਨੀਆਂ ਤੱਕ ਇੱਕੋ ਇੱਕ ਖਾਲਸਾ ਹੈ ਜਿਹਦੀ ਕਦੇ ਬਰਸੀ ਨਹੀਂ ਮਨਾਈ ਜਾ ਸਕਦੀ। ਜਨਮ ਦਿਹਾੜਾ ਹਰੇਕ ਸਾਲ ਵਿਸਾਖੀ 'ਤੇ ਮਨਾਇਆ ਜਾਂਦਾ ਰਹੇਗਾ, ਰਹਿੰਦੀ ਦੁਨੀਆਂ ਤੱਕ ਖਾਲਸੇ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਰਹੇਗਾ, ਕਿਉਂਕਿ ਖਾਲਸਾ ਪ੍ਰਗਟ ਹੋਇਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਇਹ ਖਾਲਸਾ ਅਕਾਲ ਪੁਰਖ ਕੀ ਫੌਜ, ਅਤੇ ਜਿਹੜੀ ਫੌਜ ਆ ਨਾ ਉਹ ਤਿਆਰ ਬਰ ਤਿਆਰ ਫਿਰ ਫੌਜ ਹੀ ਹੁੰਦੀ ਆ। ਆਹ ਕੁੱਤੇ ਬਿੱਲਿਆਂ ਦੀ ਨਹੀਂ ਪੰਥ ਨੂੰ ਲੋੜ, ਇਹ ਬਥੇਰੇ ਬਾਗਾਂ ਦੀ ਲੋੜ ਨਹੀਂ ਹੈ, ਇਹਨਾਂ ਦੀ ਲੋੜ ਨਹੀਂ ਹੈ। ਇਸ ਕਰਕੇ ਜੇ ਮਿਲਦਾ ਨਾ ਛਿੱਤਰ ਲਾਓ, ਜਿੱਥੇ ਮਿਲਦਾ ਲਾਓ ਪਲਾਂਤਾ ਪਾਓ ਇਹਨੂੰ। ਜਿਹੜਾ ਗੁਰੂ ਗੋਬਿੰਦ ਸਿੰਘ ਨੇ ਬਣਿਆ, ਗੁੱਸਾ ਨਾ ਕਰਿਓ, ਕਿਰਪਾਨ ਲਾਤੀ ਨਾ ਰੱਖ ਰਿਹਾ ਵੀ ਮਹਾਰਾਜ ਅੱਗੇ ਅਰਦਾਸ ਕਰ ਰਿਹਾ, ਲਾਤੀ ਨਾ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਨਹੀਂ ਬਣਿਆ ਉਹ ਤੁਹਾਡਾ ਕੀ ਬਣੂਗਾ, ਜਵਾਬ ਦੇ ਦਿਓ ਵੀ ਗੁਰੂ ਪਿਆਰਿਓ। ਅਤੇ ਇਹ ਬਹਾਨਾ ਭਾਲਦਾ ਸੀ ਇਹਨੂੰ ਮਿਲ ਗਿਆ, ਸੋ ਇੰਨੀਆਂ ਕੋਈ ਬੇਨਤੀਆਂ ਕਰਦਾ ਬੈ ਖੇਮਾ ਦਾ ਜਾਚਕ ਆ, ਗੱਲ ਚੰਗੀ ਲੱਗੇ ਸ਼ੇਅਰ ਕਰੋ ਵੱਧ ਤੋਂ ਵੱਧ ਇਹਨੂੰ ਪਹੁੰਚਾਓ ਦੇ ਤੱਕ, ਕੰਜਰ ਆ ਤੂੰ ਕੰਜਰ ਹੀ ਰਹਿਣਾ, ਬਸ ਤੰਜਰ ਨੇ ਤੰਜਰ ਹੀ ਰਹਿਣਾ। ਉੱਧਰ ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਧਮਕੀਆਂ ਤੋਂ KS ਮੱਖਣ ਨੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਹਾਂਜੀ, ਉਹ ਸੋਸ਼ਲ ਮੀਡੀਆ 'ਤੇ ਆਪਣੇ ਯੂਟਿਊਬ 'ਤੇ ਆ, ਅਤੇ ਉਹ ਮੈਂ ਆਪੇ ਉਹਦੇ ਬਾਰੇ ਪ੍ਰਸ਼ਾਸਨ ਨੂੰ ਵੀ ਪਤਾ ਹੋਣਾ ਚਾਹੀਦਾ, ਲੱਗ ਜਾਣਾ ਮੀਡੀਆ ਪ੍ਰਸ਼ਾਸਨ ਤੋਂ ਪਹਿਲਾਂ ਆ, ਅਤੇ ਪ੍ਰਸ਼ਾਸਨ ਨੂੰ ਇਹ ਆਪ ਸਮਝਣ ਚਾਹੀਦਾ ਵੀ ਜੇ ਕੋਈ ਲੋਕ ਥਰੈਟ ਕਰਦੇ ਆ ਕਿਸੇ ਨੂੰ ਵੀ, ਮੈਨੂੰ ਨਹੀਂ ਹੋਰ ਨੂੰ ਵੀ, ਉਹਨੂੰ ਲੱਭਣ ਅਤੇ ਉਹਦੇ ਲਈ ਜਿਹੜੇ ਸਰਵ ਕ੍ਰਾਈਮ 'ਤੇ ਜਾ ਕੇ ਉਹਨਾਂ ਲੋਕਾਂ ਨੂੰ ਜਿਹੜੇ ਇਨਵਾਇਰਮੈਂਟ ਖਰਾਬ ਕਰ ਰਹੇ ਆ, ਧਮਕੀ ਦੀ ਗੱਲ ਛੱਡੋ ਤੁਸੀਂ, ਜਿਹੜੇ ਇਨਵਾਇਰਮੈਂਟ ਖਰਾਬ ਕਰ ਰਹੇ ਲੋਕ ਉਹਨਾਂ ਨੂੰ ਜ਼ਰੂਰ ਉਹ ਪਤਾ ਕਰਨ, ਅਤੇ ਉਹਦੇ ਨਾਲ ਵਿਚਾਰ ਵਟਾਂਦਰਾ ਹੋ ਸਕਦਾ। ਜੇ ਇਹ ਚੰਗੀ ਚੀਜ਼ ਸਾਡੇ ਕੋਲ ਆਈ ਆ, ਇੱਕ ਮਾਧਿਅਮ ਆ ਇਹ, ਉਹਦੇ ਲਈ ਅਸੀਂ ਵਿਚਾਰ ਵਟਾਂਦਰਾ ਜਾਂ ਆਪਣੇ ਕੋਈ ਮੈਸੇਜ ਤਾਂ ਕਨਵੇ ਕਰ ਸਕਦੇ, ਇਹਦਾ ਮਤਲਬ ਇਹ ਨਹੀਂ ਵੀ ਆਪਾਂ ਕਿਸੇ ਚੀਜ਼ ਨੂੰ ਨੁਕਸਾਨ ਪਹੁੰਚਾਈਏ। ਸੋ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਵੀ ਮੈਂ ਪੰਜਾਬ 'ਚ ਵਿਚਰਨ ਵਾਲਾ ਹਾਂ, ਉਹ ਆਪ ਇਹਦੀ ਤਹਿਕੀਕਾਤ ਕਰਨ, ਵੀ ਬਸ ਮੈਂ ਇਹੀ ਕਹਿ ਸਕਦਾ ਇਹਦੇ ਬਾਰੇ ਜੀ। ਫਿਲਹਾਲ ਗੁਰਦਾਸ ਮਾਨ ਦੀ ਬੱਤੀ ਵਾਲੀ ਗੱਲ ਤੋਂ ਸ਼ੁਰੂ ਹੋਈ ਇਹ ਕਹਾਣੀ ਹੁਣ ਕਿੱਥੇ ਜਾ ਕੇ ਰੁਕਦੀ ਹੈ, ਇਸ 'ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ। ਬਿਊਰੋ ਰਿਪੋਰਟ, ਹਕੀਕਤ ਟੀਵੀ।